मैं सिविल सर्जन दूजे डॉक्टर डिमांड की तरह जी मेरी बाकी कुड़ियां है जो लेबर रूम है ऑल वेरी ट्रेन पिछले महीने मैडम साढ़े 102 डिलीवरी हुई है उस तो बाद साढ़े 150 हुई ये नहीं है कि अपने डिलीवरी काम नहीं हो रहे बट समटाइम्स कि हम इन्होंने दसा गया कि साढ़े को डॉक्टर नहीं असं थोड़ी डिलीवरी कर देंगे जे बाई चांस सू लग रहा भी कोई कॉम्प्लीकेशन है तो मैं तुम्हें रैफर कर देंगे वो इस चीज़ को नहीं समझ पाए एडमिट नहीं रख दिया मेरे वाइफ का सीगा मौके दे पहला तो इत्थे चलदा रहा ट्रीटमेंट हड्डी टूट के लग हो गई मेन फिर इतने कहते ऑपरेशन थिएटर बंद चल रहा है कोई डॉक्टर नहीं है मैडम बार बार चीज कह रही हूं जो इतनी कमी है मैं प्राइवेट जो इन्होंने जरूरत है जो इन्होंने चाहिए समान चाहिए डॉक्टर चाहिए है वो अच्छ सू दस ताकि असं जरूरत पूरिया करिए होस्पिटल आप रैफर होस्पिटल नहीं बनाना यह होस्पिटल होस्पिटल बनाना है ਜਿਹੜੇ ਦੂਜੇ ਲੋਕ ਵੀ ਕਹਿਣ ਜੀ ਸਾਨੂੰ ਰਾਜਪੁਰੇ ਭੇਜ ਦਿਓ ਮੈਡਮ ਜੀ ਹੁਣ ਸੁਣੋ ਗਰੀਬ ਬੰਦੇ ਦਾ ਐਕਸੀਡੈਂਟ ਕੁਝ ਵੀ ਹਾਦਸਾ ਹੋ ਜਾਂਦਾ ਜੀ ਉਹ ਇੱਥੇ ਆਣ ਤੇ ਡਰਦਾ ਅਗਲਾ ਕਹਿੰਦਾ ਚਾਹੇ ਮੈਂ ਕਰਜ਼ਾ ਜਾ ਕੇ ਠੀਕ ਹੋਵਾਂ ਵੀ ਮੈਂ ਠੀਕ ਹੋ ਕੇ ਫੈਮਿਲੀ ਚਲਾਣੀ ਆ ਆਪਣੀ ਇੱਕ ਮਹੀਨੇ ਦੇ ਵਿੱਚ ਵਿੱਚ ਇੱਕ ਮਹੀਨੇ ਦੇ ਵਿੱਚ ਵਿੱਚ ਵੈਸੇ ਤਾਂ ਬਹੁਤ ਜਲਦੀ ਹੋ ਜਾਊਗਾ ਪਰ ਮੈਂ ਤੁਹਾਡੇ ਤੋਂ ਬਹੁਤ ਜ਼ਿਆਦਾ ਟਾਈਮ ਮੰਗ ਰਹੀ ਇੱਕ ਮਹੀਨੇ ਦੇ ਵਿੱਚ ਵਿੱਚ ਇੱਥੇ ਹਰ ਫੈਸਿਲਿਟੀ ਹੋਊਗੀ ਕਿਸੇ ਨੂੰ ਵੀ ਧੱਕੇ ਨਹੀਂ ਵੱਜਣਗੇ ਕਿਸੇ ਨੂੰ ਕੋਈ ਇਦਾਂ ਨਹੀਂ ਹੋਊਗਾ ਵੀ ਡਾਕਟਰ ਹੈ ਨਹੀਂ ਦਵਾਈਆਂ ਹੈ ਨਹੀਂ ਜਿਵੇਂ ਅਸੀਂ ਦਿੱਲੀ 'ਚ ਕੀਤਾ 24 ਘੰਟੇ ਡਾਕਟਰ ਮਿਲਣਗੇ 24 ਘੰਟੇ ਦਵਾਈਆਂ ਮਿਲਣਗੀਆਂ ਹਰ ਸਹੂਲਤ ਇੱਥੇ 24 ਘੰਟੇ ਮਿਲੂਗੀ ਅੱਜ ਅਸੀਂ ਇਸੇ ਕਰਕੇ ਮਿਲਣ ਆਏ ਹਾਂ ਵੀ ਤੁਹਾਡੇ ਇੱਥੇ ਕੀ ਕਮੀ ਹੈ ਤੁਹਾਡੀਆਂ ਕੀ ਮੰਗਾਂ ਹੈ ਕੀ ਚੀਜ਼ਾਂ ਤੁਹਾਨੂੰ ਚਾਹੀਦੀਆਂ ਜੋ ਪਿੱਛੇ ਕਮੀਆਂ ਰਹੀਆਂ ਬਹੁਤ ਰਹੀਆਂ ਮੈਨੂੰ ਵੀ ਪਤਾ ਤੁਹਾਨੂੰ ਵੀ ਪਤਾ ਅਤੇ ਆਪਾਂ ਕਮੀਆਂ ਦੂਰ ਕਰਨ ਲਈ ਹੀ ਅੱਜ ਆਏ ਹਾਂ हॉस्पिटल चो ना मिले हर दवाई हॉस्पिटल चो मिला करो आम आदमी पार्टी ते लोकां ने बहुत उम्मीदां रखी है असी आम लोकां लई आ ਲੋਕਾਂ ਲਈ ਅਸੀਂ ਜੀਣਾ ਤੁਹਾਡੇ ਵਿੱਚ ਹੀ ਰਹਿਣਾ ਕਦੇ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਲੋਕਾਂ ਦੇ ਭਾਂਡੇ ਮਾਂਜ ਕੰਮ ਤੁਹਾਡੀ ਦਵਾਈ ਮਿਲ ਗਈ ਕਿ ਨਹੀਂ ਹੁਣ ਨਾ ਮੈਂ ਜਾ ਮਿਲੀ ਨਹੀਂ ਨਾ ਕੋਈ ਨਾ ਲੈ ਕਰਾਓ ਇਹਨੂੰ ਕੋਈ ਦਵਾਈ ਇੱਕ ਲੈਣ ਦਾ ਡੈਥ ਕੇਸ ਹੈ ਜੀ ਗੰਡਿਆ ਖੜੀ ਗੰਡਿਆ ਖੜੀ ਥਾਣੇ ਦੇ ਵਿੱਚ ਇਹਦੀ ਕੰਪਲੇਟ ਹੈ ਜੀ ਕੱਲ ਸ਼ਾਮ ਦੇ ਵੇਲੇ 2:30 ਵਜੇ ਦੇ ਇੰਨੇ ਜ਼ਿਆਦਾ ਹੀ ਪਰੇਸ਼ਾਨ ਨੇ ਕੋਈ ਹੱਥ ਤੋਂ ਬੰਦੇ ਦੋ ਬੰਦੇ ਇਹਨਾਂ ਦੀ ਕੋਈ ਵੀ ਤਰ੍ਹਾਂ ਦੀ ਕੋਈ ਸੁਣਵਾਈ ਨਹੀਂ ਕਰ ਥਾਣੇ ਵਾਲੇ ਨਹੀਂ ਸੁਣਦੇ ਥਾਣੇ ਵਾਲੇ ਨਹੀਂ ਸੁਣਦੇ ਗੰਡਿਆ ਕਿਹੜੀ ਵਾਲੇ ਕੁਝ ਪੈਸੇ ਧੱਕੇ ਨਾਲ ਉਹ ਲਪਾ ਰਹੇ ਨੇ ਉਹ ਲਪਾ ਰਹੇ ਜੀ ਮਤਲਬ ਤੁਸੀਂ ਸਾਨੂੰ ਇਹ ਲਿਖ ਕੇ ਦੋ ਜੀ ਕਿਸੇ ਤੋਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਜਦੋਂ ਇਹਨਾਂ ਦਾ ਬੇਟੇ ਦੀ ਡੈਥ ਹੋ ਗਈ ਜੇ ਕਾਰਵਾਈ ਪੁਲਿਸ ਵਾਲੇ ਕਿਉਂ ਨਹੀਂ ਕਰਕੇ ਦਿੰਦੇ ਜੀ ਕੋਈ ਨਾ ਮੈਂ ਗੁਰਲਾਲ ਨੂੰ ਕਹਿੰਨੀ ਆ ਗੰਡਿਆ ਕਿਹੜੀ ਗੱਲ ਮੇਰੀ ਗੱਲ ਹੋ ਚੁੱਕੀ ਹੈ ਜੀ ਕੀ ਕਹਿੰਦਾ ਉਹਨਾਂ ਨੇ ਮੈਨੂੰ 3 ਨੰਬਰ ਦੇ ਸੀ ਮੈਂ 3 ਨੰਬਰ ਦੇ ਫੋਨ ਕਰ ਲਈ ਕਿਸੇ ਨੇ ਫੋਨ ਨਹੀਂ ਚੱਕਿਆ ਚਲੋ ਮੈਂ ਕਰ ਦਿਆਂ ਤੁਹਾਨੂੰ ਮੈਂ ਤਾਂ ਨਹੀਂ ਫੋਨ ਕਰਦਾ ਤੁਹਾਨੂੰ ਮੈਂ ਪਰਸਨਲੀ ਮਿਲਣਾ ਚਾਹੁੰਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਹਮੇਸ਼ਾ ਤੁਹਾਡੇ ਵਿੱਚ ਹੀ ਆ ਕਦੋਂ ਮਰਜ਼ੀ ਮਿਲੋ ਮੈਨੂੰ ਆ ਮੈਡਮ ਮੈਂ ਤੁਹਾਨੂੰ ਤਾਂ ਹੀ ਇਸੇ ਗੱਲ ਦੇ ਲੱਗਿਆ ਜੀ ਬੰਦਾ ਮੈਨੂੰ ਦੱਸਦਾ ਜੀ ਮੇਰੇ ਇੱਥੇ ਆਣਾ ਕਾਨੂੰਨੀ ਕਾਰਵਾਈ ਨਹੀਂ ਕਰਨੀ ਚਾਹੁੰਦੇ ਬਲਕਿ ਮੇਰਾ ਥੋੜੇ ਗਿਆ ਸੀ ਦੋ ਬੱਚੇ ਨੇ ਜੋ ਇਹਨਾਂ ਕੋਲ ਰਿਕਾਰਡਿੰਗ ਪਈ ਹੈ ਕੋਈ ਨਾ ਆਪਾਂ ਕਰ ਦਿਆ ਵੀਡੀਓ ਰਿਪੋਰਟਿੰਗ ਹੋ ਜੀ ਆ ਜਾਓ ਖਾਓ ਜੀ ਮੈਂ कमरे सुते होंगे रात नाइट चार्ट लगा।
चलो हट जाओ जी, परे हट जाओ, जरा थोड़ा जा साइड पे हो जाओ। मैडम सजेशन बजाय की एमरजेंसी के मरीजों को परेशान करिए गल नहीं होनी, नहीं फिर आप वापिस चलते। मैडम लग रहा है एक मिनट, दिनेश 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 कोई नहीं खोल ला, रोड़ाई पीछे करो फोन लो सर, लो इधर नीचे करो यार। ਅਜੀ ਮੈਂ ਬੱਚੇ ਦੇ ਹਸਪੀਟਲ ਚ ਆਏ ਹੋ ਕੀ ਪਰਪਸ ਸੀ ਤੁਹਾਡੇ ਆਉਣ ਦਾ? ਅੱਜ ਅਸੀਂ ਐਸਐਮਓ ਸਾਹਿਬ ਨੂੰ ਮਿਲਣ ਆਏ ਹਾਂ ਕਿ ਜੋ ਕਮੀ ਇੱਥੇ ਰਹਿ ਰਹੀ ਹੈ ਉਹ ਕਿਉਂ ਰਹਿ ਰਹੀ ਹੈ। ਇਹਨਾਂ ਨੇ ਜੋ ਦੱਸਿਆ ਸਾਨੂੰ ਕਈ ਚੀਜ਼ਾਂ ਦੀ ਜ਼ਰੂਰਤ ਹੈ, ਉਹ ਅੱਜ ਅਸੀਂ ਇਹਨਾਂ ਤੋਂ ਸਾਰੀ ਡਿਟੇਲ ਲੈਣ ਆਏ ਹਾਂ ਤਾਂ ਕਿ ਅਸੀਂ ਉਹ ਕਮੀਆਂ ਪੂਰੀਆਂ ਕਰ ਸਕੀਏ, ਇਹ ਵੀ ਅੱਛੀ ਤਰ੍ਹਾਂ ਕੰਮ ਕਰ ਸਕਣ ਔਰ ਪੇਸ਼ੈਂਟਸ ਨੂੰ ਵੀ ਕੋਈ ਪ੍ਰੋਬਲਮ ਨਾ ਹੋਵੇ। ਮੈਡਮ ਜਿਹੜੇ ਲੋਕ ਤੁਹਾਨੂੰ ਮਿਲੇ ਆ ਕੀ ਸਮੱਸਿਆ ਆ? ਲੋਕਾਂ ਨੇ ਜਿਵੇਂ ਹੁਣ ਇੱਕ ਲੇਡੀ ਮਿਲੀ, ਉਹ ਕਹਿੰਦੇ ਜੀ ਇੱਥੇ ਅਲਟਰਾਸਾਊਂਡ ਨਹੀਂ ਹੁੰਦਾ, ਤਾਂ ਇਹਨਾਂ ਨੇ ਦੱਸਿਆ ਕਿ ਸਿਰਫ ਪ੍ਰੈਗਨੈਂਟ ਲੇਡੀਜ਼ ਦਾ ਹੁੰਦਾ ਹੈ।
साढ़े को डॉक्टर भी नहीं है तो अभी सारिया जो जरूरत है वह पूरी करा ताकि मैं थोड़ी इन्नी गरंटी दिनी हाँ कि आने वाले टाइम च कोई दवाई बारों नहीं लिख के दी जाऊगी कोई टेस्ट बारों नहीं लिख के दिए जाएंगे हर फैसिलिटी हर इंसान को इतने हॉस्पिटल मैडम जी तुम गल कही थी चोणों के दौरान कि रैफर हॉस्पिटल है तो थोड़ा रात एक बंद ने शिकायत की है कि उन्होंने रैफर किया गया बिल्कुल बिल्कुल मैडम की कहना चाहोगे तो परिवार मिले नहीं मैंने वो मिले है ड्यूटी का टाइम से उन्होंने पर डॉक्टर साहब ने दसिया कि साढ़े को दो गाइनी डॉक्टर है एक पहला छुट्टी से सी एक फिर चले गए तो मैं इन्होंने यही रिक्वेस्ट करूंगी कि जो डॉक्टर पेशेंट बाहर खड़े और डॉक्टर्स नहीं आए या डॉक्टर्स बाहर चले गए मैडम लेडीज डॉक्टर ने भी लेडीज मैडम ने भी कुछ कहा भी अपनी मुश्किलें दसी हैं सानू इत्थे पुलिस की फैसिलिटी चाहिए है रात नूं शराबी लोग आंदे आ ਉਹ ਅਸੀਂ ਅੱਜ ਡੀਐਸਪੀ ਸਾਹਿਬ ਨਾਲ ਗੱਲ ਕਰਕੇ ਉਹ ਮੈਡਮ ਥੋੜੇ ਦਿਨ ਪਹਿਲਾਂ ਮੈਂ ਹਸਪੀਟਲ ਦੇ ਵਿੱਚ ਇੱਕ ਅਲਟਰਾਸਾਊਂਡ ਮਸ਼ੀਨ ਫੜੀ ਗਈ ਸੀ ਉਹ ਮਾਮਲਾ ਖਟਾਈ ਦੇ ਵਿੱਚ ਪੈਂਦਾ ਨਜ਼ਰ ਆ ਰਿਹਾ ਕੀ ਕਾਰਵਾਈ ਕਰੋਗੇ ਆਉਣ ਵਾਲੇ ਦਿਨਾਂ ਤੁਸੀਂ ਕਿਹਾ ਸੀਗਾ ਵੀ ਇਹੋ ਜਿਹੀ ਚੀਜ਼ਾਂ ਉਹਦੇ ਪਾਈ ਗਈਆਂ ਹਸਪੀਟਲ ਦੇ ਵਿੱਚ ਜਿਹੜਾ ਹੈ ਟੈਸਟ ਹੁੰਦੇ ਸੀਗੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਤੁਹਾਨੂੰ ਇੱਕ ਗੱਲ ਕਹੂੰਗੀ ਕਿ ਨਾ ਮੈਂ ਗਲਤ ਕੰਮ ਕਰਨੇ ਆ ਤੇ ਨਾ ਮੈਂ ਗਲਤ ਕੰਮ ਹੋਣ ਦੇਣੇ ਆ ਮੈਂ ਹਰ ਡਿਪਾਰਟਮੈਂਟ ਨੂੰ ਮਿਲ ਚੁੱਕੀ ਹਾਂ ਸਭ ਨੂੰ ਇੱਕੋ ਹੀ ਮੈਸੇਜ ਦਿੱਤਾ ਹੈ ਵੀ 20 ਤਰੀਕ ਤੱਕ ਜੋ ਤੁਸੀਂ ਪਿੱਛੇ ਕਰ ਲਿਆ ਆਪਦੀਆਂ ਆਦਤਾਂ ਸੁਧਾਰ ਲਓ ਅਸੀਂ ਨਾ ਗਲਤ ਕੰਮ ਕਰਨੇ ਹੈ ਕਿਉਂਕਿ ਅਸੀਂ ਇਹ ਨਹੀਂ ਹੈ ਕਿ ਅਸੀਂ ਆ ਗਏ ਅਤੇ ਜਿਹੜੇ ਇੱਥੇ ਪਹਿਲਾਂ ਕੰਮ ਕਰਦੇ ਉਹਨਾਂ ਨੂੰ ਕੱਢਣਾ ਅਸੀਂ ਉਹਨਾਂ ਨੂੰ ਨਾਲ ਲੈ ਕੇ ਚੱਲਣਾ ਠੀਕ ਹੈ ਉਹਨਾਂ ਦੀਆਂ ਮਜਬੂਰੀਆਂ ਸੀ ਬਹੁਤ ਜਿਹੜੀਆਂ ਗਲਤ ਕੰਮ ਹੋ ਰਹੇ ਸੀਗੇ ਅਸੀਂ ਸਭ ਨੂੰ ਨਾਲ ਲੈ ਕੇ ਚੱਲਾਂਗੇ ਜੇ ਫਿਰ ਵੀ ਕੋਈ ਨਾਲ ਨਹੀਂ ਚੱਲੂਗਾ ਲੋਕਾਂ ਦੇ ਕੰਮ ਨਹੀਂ ਕਰੂਗਾ ਫਿਰ ਚਾਹੇ ਅਸੀਂ ਐਕਸ਼ਨ ਕਰੀਏ ਪਰ ਆਮ ਆਦਮੀ ਪਾਰਟੀ ਸਭ ਨੂੰ ਨਾਲ ਲੈ ਕੇ ਚੱਲਣ ਵਾਲੀ ਹੈ ਸਾਡੇ ਤੇ ਲੋਕਾਂ ਨੇ ਬੜੀਆਂ ਉਮੀਦਾਂ ਕੀਤੀਆਂ ਆਮ ਆਦਮੀ ਪਾਰਟੀ ਨੂੰ ਐਡੀ ਵੱਡੀ ਜਿੱਤ ਦੇਣੀ ਲੋਕਾਂ ਦੀ ਇੱਕ ਉਮੀਦ ਹੈ ਅਸੀਂ ਇੱਕ ਇੱਕ ਉਮੀਦ ਤੇ ਖਰੇ ਉਤਰਾਂਗੇ ਬਹੁਤ ਜਲਦੀ ਪੂਰੀ ਹੋ ਜੂ ਹੁਣ ਮੈਂ ਡਾਕਟਰ ਸਾਹਿਬ ਨਾਲ ਮਿਲ ਕੇ ਇਹਨਾਂ ਤੋਂ ਲਿਸਟ ਲੈਂਦੀ ਹਾਂ ਵੀ ਕੀ ਚੀਜ਼ਾਂ ਦੀ ਕਮੀ ਹੈ ਉਹ ਅਸੀਂ ਸਰਕਾਰ ਹੁਣ ਭਗਵੰਤ ਮਾਨ ਜੀ ਦੀ ਕੱਲ੍ਹ ਸ਼ਪਥ ਹੈ ਉਹ ਸੈਰੇਮਨੀ ਹੈ ਉਸ ਤੋਂ ਬਾਅਦ ਜਿਵੇਂ ਹੀ ਅਸੀਂ ਸਾਰੇ ਆਪਣੀ ਆਪਣੀ ਸੀਟ ਸੰਭਾਲ ਲੈਂਦੇ ਹਾਂ ਤਾਂ ਬਹੁਤ ਜਲਦੀ ਇਹ ਚੀਜ਼ਾਂ